ਹਾਂਜੀ ਦੋਸਤੋ ਸੋਸ਼ਲ ਮੀਡੀਆ ਤੇ ਇਸ ਨੌਜਵਾਨ ਮੁੰਡੇ ਦੀ ਵੀਡੀਓ ਕਾਫੀ ਜ਼ਿਆਦਾ ਵਾਇਰਲ ਹੋ ਰਹੀ ਹੈ ਅਜਿਹਾ ਕੀ ਕੀਤਾ ਇਸ ਨੌਜਵਾਨ ਮੁੰਡੇ ਨੇ ਜੋ ਉਸ ਦੀ ਵੀਡੀਓ ਤੇਜ਼ੀ ਨਾਲ ਵਾਇਰਲ ਹੋ ਰਹੀ ਹੈ ਜਿਵੇਂ ਕਿ ਤੁਸੀਂ ਵੀਡੀਓ ਵਿੱਚ ਦੇਖ ਸਕਦੇ ਹੋ ਕਿ ਇੱਕ ਨੌਜਵਾਨ ਮੁੰਡਾ ਇੱਕ ਰੈਸਟੋਰੈਂਟ ਵਿੱਚ ਖਾਣਾ ਖਾਣ ਲਈ ਆਉਂਦਾ ਹੈ ਤੇ ਰੈਸਟੋਰੈਂਟ ਦੇ ਗੇਟ ਤੇ ਇੱਕ ਸਰਦਾਰ ਸਿਕਿਉਰਿਟੀ ਗਾਰਡ ਖੜਾ ਹੁੰਦਾ ਹੈ ਜੋ ਕਿ ਇਸ ਮੁੰਡੇ ਦੇ ਆਉਣ ਤੇ ਗੇਟ ਨੂੰ ਖੋਲਦਾ ਹੈ ਜਿਸ ਤੋਂ ਬਾਅਦ ਇਹ ਮੁੰਡਾ ਸਿੱਧਾ ਜਾ ਕੇ ਉਸ ਸਿਕਿਉਰਿਟੀ ਗਾਰਡ ਨਾਲ ਹੱਥ ਮਿਲਾਉਂਦਾ ਹੈ ਅਤੇ ਨੀਵਾ ਹੋ ਕੇ ਉਸ ਦਾ ਧੰਨਵਾਦ ਕਰਦਾ ਹੈ ਕਿਉਂਕਿ ਕੀ ਸਿਕਿਉਰਿਟੀ ਗਾਰਡ ਨੇ ਮਹਾਰਾਜ ਜਿਹਾ ਵੰਗ ਉਸਦੇ ਲਈ ਗੇਟ ਖੋਲ੍ਹਿਆ ਹੈ ਮੁੰਡੇ ਨੂੰ ਜਿਹਾ ਕਰਦੇ ਦੇਖ ਰੈਸਟੋਰੈਂਟ ਵਿੱਚ ਬੈਠੇ ਲੋਕ ਅਤੇ ਰੈਸਟੋਰੈਂਟ ਦਾ ਮਾਲਕ ਸਾਰੇ ਤਾੜੀਆਂ ਮਾਰਨ ਲੱਗ ਜਾਂਦੇ ਹਨ ਜਿਸ ਨੂੰ ਦੇਖ ਕੇ ਸਿਕਿਉਰਿਟੀ ਗਾਰਡ ਵੀ ਖੁਸ਼ ਹੋ ਜਾਂਦਾ ਹੈ